ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭਾਵੇਂ ਇਨਕਮ ਟੈਕਸ ਤੋਂ ਮੁਕਤ ਕਰ ਦਿੱਤਾ ਹੈ ਪਰ ਸ਼ਹਿਰੀ ਖੇਤਰਾਂ ਨੇੜਲੇ ਕਿਸਾਨਾਂ 'ਤੇ ਪ੍ਰਾਪਰਟੀ ਟੈਕਸ ਲਾਗੂ ਕਰ ਦਿੱਤਾ ਗਿਆ ਜੋ ਪੰਜਾਬ ਦੇ ਕਿਸਾਨਾਂ ਲਈ ਉਜਾੜੇ ਦਾ ਕਾਰਨ ਬਣ ਸਕਦਾ ਹੈ। ਇਨਕਮ ਟੈਕਸ ਵਿਭਾਗ ਵੱਲੋਂ ਸ਼ਹਿਰੀ ਪ੍ਰਾਪਰਟੀ ਦੀ ਕੀਤੀ ਨਵੀਂ ਵਿਆਖਿਆ ਮੁਤਾਬਕ ਨਗਰ ਨਿਗਮਾਂ, ਕੌਂਸਲਰਾਂ ਜਾਂ ਨੋਟੀਫਾਈਡ ਏਰੀਆ ਕਮੇਟੀਆਂ ਦੇ 8 ਕਿਲੋਮੀਟਰ ਘੇਰੇ ਵਿੱਚ ਆਉਂਦੀਆਂ ਜ਼ਮੀਨਾਂ ਭਾਵੇਂ ਉਹ ਖੇਤੀ ਲਈ ਵਰਤੀਆਂ ਜਾਂਦੀਆਂ ਨੇ, ਸ਼ਹਿਰੀ ਜਾਇਦਾਦ ਹੀ ਸਮਝੀਆਂ ਜਾਣਗੀਆਂ ਅਤੇ ਇਸੇ ਦੇ ਆਧਾਰ 'ਤੇ ਖੇਤੀਬਾੜੀ ਵਾਲੀ ਅਜਿਹੀ ਜ਼ਮੀਨ ਦੇ ਬਾਜ਼ਾਰੂ ਮੁੱਲ ਦੇ ਆਧਾਰ 'ਤੇ ਕਿਸਾਨਾਂ ਨੂੰ ਪ੍ਰਾਪਰਟੀ ਟੈਕਸ ਦੇਣਾ ਪਵੇਗਾ। ਇੰਨਾ ਹੀ ਨਹੀਂ, ਇਹ ਟੈਕਸ ਨਾ ਦੇਣ ਦੀ ਸੂਰਤ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਕਈ ਕਿਸਾਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ। ਇਹ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਨਾਗਰਾ ਦੇ ਗੁਰਦੀਪ ਸਿੰਘ, ਜਿਨ੍ਹਾਂ ਦੀ 15 ਏਕੜ ਜ਼ਮੀਨ ਸ਼ਹਿਰੀ ਖੇਤਰ 'ਚ ਪੈਂਦੀ ਹੈ। ਇਸ ਜ਼ਮੀਨ ਦੀ ਵਰਤੋਂ ਉਹ ਦੂਜੇ ਕਿਸਾਨਾਂ ਵਾਂਗ ਖੇਤੀਬਾੜੀ ਅਤੇ ਬਾਗਬਾਨੀ ਲਈ ਕਰਦੇ ਨੇ। ਵਾਹੀ ਜੋਤੀ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਕਿਸਾਨ ਗੁਰਦੀਪ ਸਿੰਘ 'ਤੇ ਹੁਣ ਮਾਯੂਸੀ ਦਾ ਆਲਮ ਹੈ, ਕਿਉਂਕਿ ਇਨਕਮ ਟੈਕਸ ਵਿਭਾਗ ਵੱਲੋਂ ਉਹਨਾਂ 'ਤੇ 25 ਲੱਖ ਰੁਪਏ ਤੋਂ ਵੱਧ ਦਾ ਟੈਕਸ ਦੇਣ ਲਈ ਨੋਟਿਸ ਦਿੱਤਾ ਹੋਇਆ ਜੋ ਉਹਨਾਂ ਦੇ ਵੇਤੇ ਤੋਂ ਬਾਹਰ ਹੈ। ਸਾਡੇ 15 ਏਕੜ ਜ਼ਮੀਨ ਆ ਅਤੇ 2006 ਦੇ ਵਿੱਚ ਸਾਨੂੰ ਨੋਟਿਸ ਆਇਆ ਸੀਗਾ ਵੀ ਤੁਹਾਡੇ 'ਤੇ ਵੈਲਥ ਟੈਕਸ ਲੱਗਾ ਆ, ਪਰ ਸਾਨੂੰ ਪਤਾ ਨਹੀਂ ਸੀ ਵੀ ਖੇਤੀਬਾੜੀ ਵਾਲੀ ਜ਼ਮੀਨ 'ਤੇ ਕੋਈ ਟੈਕਸ ਲੱਗਦਾ ਹੈ। ਹੁਣ ਸਾਨੂੰ ਜਦੋਂ ਇਹਨਾਂ ਨੇ ਨੋਟਿਸ ਭੇਜਿਆ ਉਦੋਂ ਅਸੀਂ ਆਪਣੇ ਵਕੀਲ ਨਾਲ ਗੱਲ ਕੀਤੀ ਸੀ ਅਤੇ ਵਕੀਲ ਨੇ ਫਿਰ ਸਾਨੂੰ ਦੱਸਿਆ ਵੀ ਤੁਹਾਨੂੰ 99-2000 ਤੋਂ ਸ਼ੁਰੂ ਕੀਤਾ ਇਹ ਨਹੀਂ ਟੈਕਸ ਲੱਗਣਾ, ਅਤੇ ਉਹ ਜਿਹੜਾ ਟੈਕਸ ਆ ਉਹ ਜਿੰਨੀ ਤੁਹਾਡੀ ਕੀਮਤ ਆ ਜ਼ਮੀਨ ਦੀ ਉਹ 'ਤੇ 1% ਜਿਹੜਾ ਆ ਉਹ ਟੈਕਸ ਲੱਗਣਾ। ਸਾਡੇ 'ਤੇ ਜ਼ੋਰ ਬਹੁਤ ਇਨਕਮ ਟੈਕਸ ਵਿਭਾਗ ਨੇ ਪਾਇਆ ਆ ਵੀ ਇਹ ਜਿਹੜਾ ਤੁਹਾਨੂੰ ਟੈਕਸ ਲੱਗਾ ਆ ਜਲਦੀ ਤੋਂ ਜਲਦੀ ਜਮ੍ਹਾਂ ਕਰਾਓ, ਪਰ ਸਾਡੀ ਨਾ ਜਮ੍ਹਾਂ ਕਰਾਉਣ ਕਰਕੇ, ਕਿਉਂਕਿ ਅਸੀਂ ਜਮ੍ਹਾਂ ਕਰਾ ਨਹੀਂ ਸਕਦੇ, ਜਿੰਨੇ ਕੁ ਪੈਸੇ ਆਉਂਦੇ ਉਹਦੇ ਨਾਲ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ। ਉੱਧਰ ਗੁਰਦੀਪ ਸਿੰਘ ਵਾਂਗ ਉਹਨਾਂ ਦੇ ਵੱਡੇ ਭਰਾ ਰਜਿੰਦਰ ਸਿੰਘ ਦੇ ਹਿੱਸੇ ਵੀ 15 ਏਕੜ ਜ਼ਮੀਨ ਆਉਂਦੀ ਹੈ ਜੋ ਸ਼ਹਿਰੀ ਖੇਤਰ 'ਚ ਪੈਂਦੀ ਹੈ, ਅਤੇ ਇਨਕਮ ਟੈਕਸ ਵੱਲੋਂ ਭੇਜੇ ਨੋਟਿਸ ਨੇ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ। ਦੁਖੀ ਮਨ ਨਾਲ ਰਾਜਿੰਦਰ ਸਿੰਘ ਨੇ ਕਿਹਾ ਕਿ ਸਿਰਫ ਸ਼ਹਿਰੀ ਜ਼ਮੀਨ ਦਾ ਨਾਮ ਦੇ ਕੇ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਅਤੇ ਉਹਨਾਂ ਕੋਲੋਂ ਰੁਜ਼ਗਾਰ ਖੋਹ ਕੇ ਖੁਦਕੁਸ਼ੀ ਲਈ ਮਜਬੂਰ ਕੀਤਾ ਜਾ ਰਿਹਾ ਹੈ। ਤਕਰੀਬਨ 1100-1200 ਏਕੜ ਜ਼ਮੀਨ ਆ ਜਿਹਦੇ ਵਿੱਚੋਂ ਇਕੱਲੇ ਸਾਨੂੰ ਇਹਦੇ ਨੋਟਿਸ ਆਏ ਆ, ਸਾਨੂੰ ਹੀ ਟੈਕਸ ਲੱਗਾ, ਇਹ ਨਹੀਂ ਪਤਾ ਕਿਉਂ ਚੁਣ ਕੇ ਲੱਗਾ, ਔਰ ਵੈਲਥ ਟੈਕਸ ਲੱਗਾ, ਇਨਕਮ ਟੈਕਸ ਨਹੀਂ ਵੈਲਥ ਟੈਕਸ। ਜਿੰਨੀ ਅਮਾਊਂਟ ਆ ਸਾਡੀ ਜ਼ਮੀਨ ਦੀ ਸਰਕਾਰੀ ਕੀਮਤ ਆ ਉਹ 'ਤੇ 1%, ਸਪੋਜ ਕਰੋ 40 ਲੱਖ ਰੁਪਈਆ ਕੀਮਤ ਆ, 40,000 ਰੁਪਈਆ ਪਰ ਈਅਰ ਸਾਨੂੰ ਲੱਗਾ, ਜਦਕਿ ਇੰਨੀ ਇਨਕਮ ਵੀ ਸਾਨੂੰ ਹੈ ਨਹੀਂ ਗੀ, ਅਸੀਂ ਤਾਂ ਭੁੱਖੇ ਮਰ ਜਾਵਾਂਗੇ ਜੇ ਨਾ ਲੱਗਾ। ਜਿੱਥੇ ਟੈਕਸ ਦੀ ਰਕਮ ਇਹਨਾਂ ਦੋਵਾਂ ਕਿਸਾਨ ਭਰਾਵਾਂ ਦੇ ਵਿੱਤੋਂ ਬਾਹਰ ਹੋ ਜਾਣ ਕਰਕੇ ਆਮਦਨ ਕਰ ਵਿਭਾਗ ਨੇ ਇਹਨਾਂ ਦੀ ਜ਼ਮੀਨ ਦੀ ਕੁਰਕੀ ਦੀ ਕਾਰਵਾਈ ਆਰੰਭ ਦਿੱਤੀ ਹੈ। ਉੱਥੇ ਦੂਜੇ ਕਿਸਾਨ ਵੀ ਇਹਨਾਂ ਦੋਵਾਂ ਭਰਾਵਾਂ ਦੀ ਹਮਾਇਤ 'ਤੇ ਆ ਗਏ ਨੇ ਅਤੇ ਜ਼ਮੀਨ ਦੀ ਕੁਰਕੀ ਨਾ ਹੋਣ ਦੇਣ ਦੀ ਗੱਲ ਕਹਿ ਰਹੇ ਨੇ। ਮੈਂ ਤਕਰੀਬਨ ਪਿਛਲੇ 25 ਸਾਲ ਤੋਂ ਖੇਤੀ ਕਰਵਾ ਰਿਹਾ ਅਤੇ ਮੈਨੂੰ ਪਤਾ ਲੱਗਾ ਵੀ ਐਗਰੀਕਲਚਰ ਲੈਂਡ ਦੇ ਉੱਤੇ ਅਰਬਨ ਲੈਂਡ ਦੇ ਹੈੱਡ ਥੱਲੇ ਉਹਦੇ 'ਤੇ ਵੈਲਥ ਟੈਕਸ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਿਰਫ ਜਲੰਧਰ ਅਤੇ ਪਟਿਆਲੇ ਦੇ ਕੁਛ ਜ਼ਿਮੀਂਦਾਰਾਂ ਨੂੰ ਵੈਲਥ ਟੈਕਸ ਦੇ ਨੋਟਿਸ ਗਏ ਨੇ, ਉਹਨਾਂ ਕੋਲੋਂ ਵੈਲਥ ਟੈਕਸ ਚਾਰਜ ਕੀਤਾ ਜਾ ਰਿਹਾ, ਜਦੋਂ ਕਿ ਇਹ ਕੋਈ ਵੀ ਜਿਹੜਾ ਸੈਂਟਰ ਗੌਰਮੈਂਟ ਦਾ ਟੈਕਸ ਹੁੰਦਾ ਉਹ ਯੂਨੀਫਾਰਮ ਲੈਵਲ 'ਤੇ ਸਾਰੀ ਕੰਟਰੀ ਦੇ ਵਿੱਚ ਹੁੰਦਾ। ਜਿਹੜੇ ਸਰ ਗੁਰਦੀਪ ਸਿੰਘ ਨਾਗਰਾ ਅਤੇ ਸਰ ਰਜਿੰਦਰ ਸਿੰਘ ਨਾਗਰਾ ਜੀ ਦੀ ਜ਼ਮੀਨ ਜਿਹੜੀ ਅਟੈਚ ਕੀਤੀ ਗਈ ਆ ਇਹਨੂੰ ਉਹਨਾਂ ਨੇ ਕੁਰਕੀ ਕਰਨ ਲਈ ਅਟੈਚ ਕੀਤਾ ਵਾ। ਮੈਂ ਇਹ ਯਕੀਨ ਨਾਲ ਕਹਿ ਸਕਦਾ ਇਹਦੀ ਕੁਰਕੀ ਕਿਸੇ ਤਰੀਕੇ ਵੀ ਨਹੀਂ ਹੋ ਸਕੇਗੀ, ਕਿਉਂਕਿ ਇਹ ਜਿਹੜਾ ਟੈਕਸ ਲੱਗਾ ਹੋਇਆ ਬਿਲਕੁਲ ਨਜਾਇਜ਼ ਲੱਗਾ ਹੋਇਆ। ਇਹਦੇ ਵਿੱਚ ਅਸੀਂ ਇਨਕਮ ਟੈਕਸ ਅਥਾਰਟੀਜ਼ ਨੂੰ ਇਹ ਬੇਨਤੀ ਕਰਾਂਗੇ ਉਹ ਇਹਦੇ 'ਤੇ ਫਿਰ ਸੋਚ ਵਿਚਾਰ ਕਰਨ। ਐਗਰੀਕਲਚਰ ਲੈਂਡ ਇੱਕ ਪ੍ਰੋਡਕਟਿਵ ਐਸੈਟ ਆ, ਜਿਹਨੂੰ ਸਰ ਮਨਮੋਹਨ ਸਿੰਘ ਜੀ ਆਪਣੀ ਸਪੀਚ ਵਿੱਚ ਕਈ ਵਾਰੀ ਕਹਿ ਚੁੱਕੇ ਨੇ, ਅਤੇ ਪ੍ਰੋਡਕਟਿਵ ਐਸੈਟ ਦੇ ਉੱਤੇ ਵੈਲਥ ਟੈਕਸ ਜਿਹੜੀ ਐਗਜ਼ੰਪਸ਼ਨ ਆ। ਜੇਕਰ ਆਮਦਨ ਕਰ ਵਿਭਾਗ ਦੇ ਵਕੀਲਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਕੋਈ ਗਲਤੀ ਜ਼ਰੂਰ ਹੋਈ ਹੈ। ਉਹਨਾਂ ਨੇ ਕਿਹਾ ਕਿ ਜੋ ਕਿਸਾਨ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਇਸ ਤੋਂ ਛੋਟ ਦੇਣੀ ਚਾਹੀਦੀ ਸੀ। ਜਿਹੜੀ ਕੈਲਕੂਲੇਸ਼ਨ ਹੈਗੀ ਹੈ ਕਿ ਸਿਰਫ ਅਗਰ ਦੇਖੀਏ ਅਸੀਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਕਾਫੀ ਕੇਸ ਇੱਦਾਂ ਦੇ ਹੈਗੇ ਆ ਜਿਹੜੇ ਕਿ ਹਜ਼ਾਰਾਂ ਦੇ ਹਿਸਾਬ ਨਾਲ ਕੇਸ ਬਣਦੇ ਹੈਗੇ, ਡਿਪਾਰਟਮੈਂਟ ਜਿਹੜਾ ਕਿ ਬਿਲਕੁਲ ਸਲੋ, ਉਹਨਾਂ ਨੂੰ ਪੁੱਛਦਾ ਹੀ ਨਹੀਂ ਹੈਗਾ ਜਿਹੜੇ ਵੈਲਥ ਟੈਕਸ ਦੇ ਦਾਇਰੇ ਜਾਂਦੇ। ਈਵਨ ਕਿ ਡਿਪਾਰਟਮੈਂਟ ਦੇ ਇੰਟਰਨਲ ਸੋਰਸਿਸ ਹੈਗੇ ਆ ਜਿਹੜੇ ਇਨਕਮ ਟੈਕਸ ਰਿਟਰਨ ਵੀ ਫਾਈਲ ਕਰਦੇ ਹੈਗੇ, ਬਟ ਉਹ ਵੈਲਥ ਟੈਕਸ ਰਿਟਰਨ ਨਹੀਂ ਫਾਈਲ ਕਰਦੇ, ਉਹਨਾਂ ਨੂੰ ਤਾਂ ਡਿਪਾਰਟਮੈਂਟ ਕੁਛ ਕਹਿ ਹੀ ਨਹੀਂ ਰਿਹਾ ਹੈਗਾ, ਜਿਹੜੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੱਡੀਆਂ ਪਾਰਟੀਆਂ ਹੈਗੀਆਂ। ਜਦਕਿ ਕਿਸਾਨ ਤਾਂ ਇੱਕ ਦੇਸ਼ ਦੀ ਸਹਿਯੋਗ, ਬੜੋਤਰੀ ਜਿਹੜਾ ਹੈਗਾ, ਵਿਕਾਸ ਸਹਿਯੋਗ ਕਰਦਾ ਹੈਗਾ, ਇਹਨਾਂ ਨੂੰ ਨਰਮ ਨਹੀਂ ਅਪਣਾਉਣਾ ਚਾਹੀਦਾ ਹੈਗਾ।
खेती लागत कमीशन तो लैके वख-वख विभागों अते सर्वेखणां च इह गल सामने आई है कि खेती लाहेवंद धंधा नहीं है। फिर एक एकड़ उपर 40,000 प्रति साल का टैक्स लगाना केंद्र सरकार का तुगलकी फरमान है ते पंजाब दे किसानां दे उजाड़े का मुढ़ बनन वाला है। जेकर आमदन कर विभाग के इस फैसले नूं ना रोकिया गया तो देश के किसानों लई इह सब तो मारू फैसला साबित हो सकता है ते देश अंदर वड्डे विद्रोह नूं वी जन्म दे सकता है। लुधियाणा तो गौरव वालिया नाल सुरेंद्र सिंह, डे एंड नाइट न्यूज़। खबरां दी दुनिया विच आओ साडे नाल कदे वी ते कितों वी जुड़ो। आपां मिलांगे फेसबुक ते, असीं दिखांगे यूट्यूब ते, सानू फॉलो करो ट्विटर ते। खबरां नाल जुड़े रहो दिन रात।